ਅਸਲਾਮ ਵਾਲੇਕੁਮ ਜੀ, ਕੀ ਹਾਲ ਚਾਲ ਨੇ ਸਾਰਿਆਂ ਦੇ? ਅਲਹਮਦੁਲਿਲਾ, ਅਸੀਂ ਬਿਲਕੁਲ ਠੀਕ ਠਾਕ ਹਾਂ। ਔਰ ਅੱਜ ਜਿਹੜਾ ਨਾ ਇੱਥੇ ਬਹਿ ਕੇ ਅਸੀਂ ਖਾਣਾ ਛਾਣਾ ਬਣਾਉਣ ਲੱਗੇ ਹਾਂ। ਅਤੇ ਖਾਣਾ ਬਣਾਉਣ ਲੱਗੇ ਹੋ ਕਿ ਕੀ ਕਰਨ ਲੱਗੇ ਹੋ? ਖਾਣਾ ਨਹੀਂ, ਸਬਜ਼ੀ ਬਣਾਉਣ ਲੱਗੇ। ਅਸਲਾਮ ਵਾਲੇਕੁਮ, ਕੀ ਹਾਲ ਚਾਲ ਸਰ ਬਣ ਬਾਈਆਂ ਦੇ? ਅਸਲਾਮ ਕਰਨੇ ਜੀ, ਤਰ੍ਹਾਂ ਖੁਸ਼ ਰਹੋ, ਬਾਦ ਰਹੋ, ਹਮੇਸ਼ਾ ਅਸਲਾਮ ਮੁਸਕਰਾਉਂਦੇ ਰਹੋ। ਆਮੀਨ। ਅਤੇ ਮੰਮਾ ਦਾ ਅਲੀ ਨਾਲ ਹੈਲਪ ਕਰਾ ਰਿਹਾ ਕਿ ਸਿਰਫ ਖਾ ਰਿਹਾ ਗਿਆ ਗਾਜਰਾਂ? ਖਾ ਰਿਹਾ ਗਾਜਰਾਂ। ਕੱਲ ਅਲੀ ਸ਼ਾਮ ਟਾਈਮ ਮਹਿੰਦੀ ਕਿਉਂ ਲਵਾ ਲਈ ਆ? ਤੂੰ ਨਾ ਲਵਾਈ ਕਰ, ਖਾਂ ਤੇਰੇ ਵਾਲ ਵੈਸੇ ਹੀ ਮਾਸ਼ਾਅੱਲਾ ਪਿਆਰੇ ਨੇ, ਫਿਰ ਕਿਉਂ ਲਵਾ ਲੈਣਾ? ਉਹ ਮੇਰੀ ਰੀਸ ਕਰਦਾ ਨਾ ਬਈ, ਮੈਂ ਆ ਕਿਹਾ ਮੇਰੇ ਵਾਲ ਸਾਰੇ ਚਿੱਟੇ ਹੋ ਗਏ ਤੇ ਮੈਂ ਲਵਾਣੀ ਹੁਣ ਮਹਿੰਦੀ ਕਿਸੇ ਨੇ। ਅੱਛਾ, ਤੇ ਮੰਮਾ ਦਾ ਲਈ ਨੇ ਪਹਿਲੇ ਲਾ ਲਈ? ਪਹਿਲੇ ਲਾ ਲਈ। ਠੀਕ ਹੈ। ਵਾਓ, ਵੇਖ ਕਿੰਨੀਆਂ ਜ਼ਿਆਦਾ ਚਿੜੀਆਂ ਦੀਆਂ ਹੈ, ਸਫੀਠਾ ਮਾਰਦੀਆਂ। ਉਹ ਆ ਗਈਆਂ, ਉਹ ਬਹਿ ਗਈਆਂ ਉੱਤੇ। ਬਾਕੀ ਕੁਛ ਹੈ, ਬਹਿ ਗਈਆਂ ਨੇ ਸੁੱਕੇ ਕਿੱਕਰ ਦੇ ਉੱਤੇ। ਅੱਜ ਬੈਗਾ ਮੈਂ ਇੱਥੇ ਉੱਤੇ ਆ ਗਿਓ ਬਾਹਰ, ਉੱਤੇ ਠੰਡ ਜਿਹੀ ਲੱਗਦੀ ਪਈ ਆ ਜਿਹੜੇ। ਅੱਛਾ, ਧੁੱਪ ਸੇਕਣ ਆਏ ਹੋ? ਧੁੱਪ ਸੇਕਣ ਆਏ। ਵਾਹ, ਕੀ ਬਾਤ ਹੈ, ਵੀ ਠੀਕ ਆ। ਵੈਸੇ ਵੀ ਥੱਲੇ ਬੈ ਕੇ ਤੇ ਮਤਲਬ ਹੈ ਕਿ ਥੱਲੇ ਬੋਰ ਹੁੰਦੇ ਹੋ, ਇੱਥੇ ਕੀ ਹੁੰਦੇ ਹੋ? ਇੱਥੇ ਨਹੀਂ ਬੋਰ ਹੁੰਦੇ ਹੋ? ਅੱਛਾ, ਬੋਰ ਹੋ ਜਾਂਦੇ। ਇੱਥੇ ਸਾਰੀ ਦੁਨੀਆ ਨੂੰ ਵੇਖ ਰਹੇ ਨੇ ਬਹਿ ਕੇ, ਆ ਦੇਖੋ ਨਾ, ਚਾਰ ਚੁਫੇਰੇ ਦੀ ਖੁੱਲੀ ਖੁੱਲੀ ਮਾਹੌਲ ਨੂੰ ਦੇਖ ਰਹੇ ਨੇ। ਦੇਖੋ ਕਿਹਦੇ ਕ੍ਰਿਕਟ ਖੇਡਦੇ, ਖੇਡਦੇ ਰਹਿਣ। ਪਰ ਅੱਜ ਇੱਕ ਨਾ ਸੈਡ ਨਿਊਜ਼ ਵੀ ਹੈਗੀ ਬਈ, ਜੋ ਕਿ ਮੈਂ ਵੀਡੀਓ ਦੇ ਵਿੱਚ ਬਿਆਨ ਕਰਾਂਗਾ। ਅਤੇ ਯਾਨੀ ਕਿ ਨਾ, ਉਹ ਸਾਡੇ ਲਈ ਇੱਕ ਬੜੀ ਬਹੁਤ ਹੀ ਬੁਰੀ ਖਬਰ ਹੈ ਜੀ। ਕੁਛ ਦਿਨਾਂ ਤੋਂ ਤਕਰੀਬਨ ਮੈਂ ਉਹਨੂੰ ਨੋਟ ਕਰ ਰਿਹਾ, ਔਰ ਯਾਨੀ ਕਿ ਮੈਂ ਥੋੜ੍ਹਾ ਜਿਹਾ ਤੁਹਾਨੂੰ ਹੁਣੇ ਰਿਵਿਊ ਕਰਵਾ ਦਿੰਦਾ, ਦੱਸ ਦਿੰਦਾ ਕਿ ਸਾਨੂੰ ਇੱਕ ਪਹਿਲੇ ਸਟ੍ਰਾਈਕ ਵੱਜੀ ਸੀ ਚੈਨਲ ਦੇ ਉੱਤੇ, ਉਦੋਂ ਸਾਡੀ ਗਲਤੀ ਸੀ ਆਪਣੀ। ਇਸ ਦਫ਼ਾ ਫਿਰ ਇੱਕ ਵਾਰੀ ਸਟ੍ਰਾਈਕ ਵੀ ਆਈ ਪਈ ਹੈ, ਇੱਕ ਵਾਰਨਿੰਗ ਵੀ ਆਈ ਪਈ ਆ। ਠੀਕ ਆ, ਤਕਰੀਬਨ ਤਿੰਨ ਸਟ੍ਰਾਈਕਾਂ ਹੋਵਣ ਜਾਂ ਤਿੰਨ ਵਾਰਨਿੰਗ ਹੋਵਣ ਤਾਂ ਚੈਨਲ ਜਿਹੜਾ ਨਾ ਉਹ ਉੱਡ ਜਾਂਦਾ। ਠੀਕ ਆ, ਹੁਣ ਤਕਰੀਬਨ ਦੋ ਸਟ੍ਰਾਈਕਾਂ ਅਤੇ ਇੱਕ ਵਾਰਨਿੰਗ ਆਈ ਪਈ ਆ। ਅੱਲਾ ਬਿਹਤਰ ਜਾਣਦਾ ਹੁਣ ਬਚਦਾ ਹੈ ਜਾਂਦਾ ਹੈ, ਇਹ ਸਾਨੂੰ ਹੁਣ ਇਹਦਾ ਕਨਫਰਮ ਨਹੀਂ ਹੈਗਾ। ਠੀਕ ਆ, ਉਸ ਵੀਡੀਓ ਦੇ ਵਿੱਚ ਕੋਈ ਮੈਂ ਸ਼ਾਇਦ ਵਾਇਲੇਸ਼ਨ ਕੀਤੀ ਹੈਗੀ, ਜਿਹੜੀ ਵਜ੍ਹਾ ਤੋਂ ਯੂਟਿਊਬ ਨੇ ਉਹ ਵੀਡੀਓ ਵੀ ਡਿਲੀਟ ਕਰ ਦਿੱਤੀ ਔਰ ਵਾਰਨਿੰਗ ਵੀ ਦਿੱਤੀ ਹੈ। ਉਸ ਤੋਂ ਇਲਾਵਾ ਵਾਰਨਿੰਗ ਪਲੱਸ ਵਾਰਨਿੰਗ ਦੇ ਛੱਡੀ ਆ। ਠੀਕ ਹੈ ਨਾ, ਅਤੇ ਉਹ ਮੈਂ ਫਿਰ ਦੁਬਾਰਾ ਅਪੀਲ ਕੀਤੀ, ਮੈਂ ਕਿਹਾ ਵੀ ਹੋ ਸਕਦਾ ਸਾਡੀ ਉਹ ਵੀਡੀਓ ਰਿਕਵਰ ਹੋ ਜਾਵੇ, ਜਾਂ ਚਲੋ ਵੀਡੀਓ ਨਾ ਰਿਕਵਰ ਹੋਵੇ ਲੇਕਿਨ ਇਹ ਵਾਰਨਿੰਗ ਜਿਹੜੀ ਇਹਨੂੰ ਵਾਪਸ ਲੈ ਲਵਾਂ। ਲੇਕਿਨ ਉਹਨਾਂ ਨੇ ਵਾਰਨਿੰਗ ਵੀ ਰਿਜੈਕਟ ਕਰ ਦਿੱਤੀ ਹੈ ਔਰ ਬਾਕਾਇਦਾ ਨਾਲ ਇੱਕ ਵਾਰਨਿੰਗ ਦੇ ਨਾਲ ਹੋਰ ਵਾਰਨਿੰਗ ਉਹਨਾਂ ਠੋਕ ਦਿੱਤੀ ਹੈ। ਠੀਕ ਹੈ ਨਾ, ਉਹਨਾਂ ਆਖਿਆ 90 ਦਿਨ ਦੇ ਅੰਦਰ ਅਗਰ ਤੁਸੀਂ ਇਸ ਚੀਜ਼ ਤੋਂ ਬਾਜ਼ ਆ ਜਾਂਦੇ ਹੋ ਤਾਂ ਠੀਕ ਹੈ, ਨਾ ਬਾਜ਼ ਆਏ ਤਾਂ ਤੁਹਾਡਾ ਚੈਨਲ ਜਿਹੜਾ ਨਾ ਮਤਲਬ ਰਿਸਕ 'ਚ ਹੈ। ਹੁਣ ਮਤਲਬ ਇਹ ਚੈਨਲ ਜਿਹੜਾ ਨਾ ਉਹ ਰਿਸਕ 'ਚ ਚੱਲ ਰਿਹਾ। ਠੀਕ ਹੈ ਨਾ, ਹੋ ਸਕਦਾ ਅਪਲੋਡਿੰਗ ਵੀ ਨਾ ਹੋਵੇ ਕਿਉਂਕਿ ਯੂਟਿਊਬ ਦੇ ਕੁਛ ਰੂਲ ਨੇ ਜੋ ਕਿ ਫਾਲੋ ਨਾ ਕਰੀਏ ਨਾ, ਅਤੇ ਜਾਂ ਚੈਨਲ ਵੈਸੇ ਉਹ ਪਰਮਾਨੈਂਟਲੀ ਡਿਲੀਟ ਕਰ ਦਿੰਦੇ ਨੇ ਜਾਂ ਫਿਰ ਅਪਲੋਡਿੰਗ ਬੰਦ ਕਰ ਦਿੰਦੇ ਆ ਜਾਂ ਕੋਈ ਨਾ ਕੋਈ ਮਤਲਬ ਪੰਗਾ ਪਾ ਛੱਡਦੇ ਆ। ਠੀਕ ਹੈ ਨਾ, ਅਤੇ ਫਿਲਹਾਲ ਤਾਂ ਤਕਰੀਬਨ ਕੋਈ 8-10 ਦਿਨ ਹੋ ਗਏ ਨੇ ਉਹਦੇ ਵਿੱਚ ਹੀ ਮਤਲਬ ਸੈਟਮੈਟ ਕਰਦਿਆਂ ਹੋਇਆਂ, ਅਤੇ ਰਿਜੈਕਟ ਹੋ ਗਈ ਹੈ ਵੀਡੀਓ, ਨਹੀਂ ਉਹਨਾਂ ਰਿਕਵਰ ਕੀਤੀ ਹਾਲੇ ਤੱਕ, ਪੰਗਾ ਨਹੀਂ ਪਿਆ ਲੇਕਿਨ ਚੈਨਲ ਬਾਈ ਜੀ ਰਿਸਕ 'ਚ ਪਿਆ ਹੋਇਆ ਹੈ। ਠੀਕ ਹੈ ਨਾ, ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਰਿਵਿਊ ਹੀ ਕਰਵਾ ਦਿੰਦਾ, ਕਿਆ ਮੈਂ ਮਤਲਬ ਕਿ ਤੁਹਾਨੂੰ ਇੰਤਜ਼ਾਰ ਕਰਵਾਵਾਂ ਕਿ ਕੀ ਮਸਲਾ ਹੈ ਕੀ ਨਹੀਂ ਹੈਗਾ।
ਤੇ ਜੋ ਗੱਲ ਹੋਵੇ ਨਾ ਉਹ ਅਥੈਂਟਿਕ ਹੋਵੇ ਤੇ ਪ੍ਰੂਫ ਨਾਲ ਹੋਵੇ ਨਾ ਤਾਂ ਉਹ ਬਿਹਤਰ ਹੁੰਦੀ ਹੈ, ਕਿਉਂਕਿ ਕਾਫੀ ਸਾਰੇ ਬੈਂਡ ਬਾਈ ਫਿਰ ਵਿੱਚ ਇਹਨੂੰ ਚੀਜ਼ ਨੂੰ ਡਰਾਮਾ ਵੀ ਸਮਝਣ ਲੱਗ ਜਾਂਦੇ ਨੇ, ਠੀਕ ਹੈ ਨਾ। ਔਰ ਮੇਰੀ ਆਦਤ ਨਹੀਂ ਹੈ ਕਿ ਮੈਂ ਕਿਸੇ ਗੱਲ ਨੂੰ ਘੁਮਾ ਫਿਰਾ ਕੇ ਕਰਾਂ, ਠੀਕ ਹੈ। ਸਭ ਤੋਂ ਪਹਿਲੇ ਤੁਹਾਨੂੰ ਥੋੜ੍ਹਾ ਜਿਹਾ ਰਿਵਿਊ ਕਰਵਾਉਂਦੇ ਹਾਂ ਚੈਨਲ ਦਾ, ਠੀਕ ਹੈ ਨਾ। ਜਿਹੜੇ ਕੋਈ ਸਮਝੋ ਕਿ ਪੜ੍ਹੇ ਲਿਖੇ ਨੂੰ ਉਹ ਤਾਂ ਇਸ ਚੀਜ਼ ਨੂੰ ਕਲੀਅਰ ਨਹੀਂ, ਉਹਨਾਂ ਨੂੰ ਪਤਾ ਹੋਵੇਗਾ, ਲੇਕਿਨ ਮੈਂ ਬਈ ਪੜ੍ਹਿਆ ਲਿਖਿਆ ਹਾਂ ਕੋਈ ਨਾ, ਥੋੜ੍ਹਾ ਬਹੁਤਾ ਮੈਨੂੰ ਹੀ ਇਸ ਦਾ ਆਈਡੀਆ ਜ਼ਿਆਦਾਤਰ ਨਹੀਂ ਹੈਗਾ। ਲੇਕਿਨ ਇਸ ਦੇ ਨਾਲ ਨਾਲ ਇੱਕ ਹੋਰ ਵੀ ਤੁਹਾਨੂੰ ਦੱਸਾਂ ਕਿ ਮੇਰੇ ਚੈਨਲ ਨਾਲ ਲਿੰਕ ਚੈਨਲ ਹੋਇਆ ਹੋਇਆ ਭਾਈ ਸਾਹਿਬ ਹੋਰਾਂ ਦਾ ਵੀ, ਜੋ ਕਿ ਜਿੰਨੇ ਕੁ ਉਹਨਾਂ ਦੇ ਮਹੀਨੇ ਦੀ ਅਰਨਿੰਗ ਬਣਦੀ ਹੈ ਉਹ ਮਤਲਬ ਮੇਰੀ ਅਰਨਿੰਗ ਦੇ ਨਾਲ ਹੀ ਆ ਜਾਂਦੀ ਹੈ, ਅਤੇ ਮੈਨੂੰ ਮੇਰੇ ਚੈਨਲ ਦੇ ਨਾਲ ਨਾਲ ਉਹਨਾਂ ਦਾ ਚੈਨਲ ਵੀ ਡੀਮੋਨੋਟਾਈਜ਼ ਹੋ ਸਕਦਾ। ਮੇਰਾ ਤਾਂ ਵੈਸੇ ਹੀ ਉੱਡ ਜਾਣਾ, ਲੇਕਿਨ ਉਹਨਾਂ ਦਾ ਡੀਮੋਨੋਟਾਈਜ਼ ਹੋ ਸਕਦਾ, ਠੀਕ ਹੈ ਨਾ, ਕਿਉਂਕਿ ਐਡਸਨ ਸਾਡਾ ਇੱਕੋ ਹੀ ਹੈ ਪਿਆ ਹੋਇਆ। ਇਹ ਬਾਈ ਜੀ ਉਹ ਹੈਗੀ ਮਤਲਬ ਵਾਰਨਿੰਗ ਉਹਨਾਂ ਦਿੱਤੀ, ਠੀਕ ਹੈ ਨਾ। ਇਹਦੇ ਵਿੱਚ ਮੈਂ ਅਪੀਲ ਕੀਤੀ ਹੈ ਜਿਹੜੀ ਕਿ ਉਹਨਾਂ ਰਿਜੈਕਟ ਕਰ ਦਿੱਤੀ ਹੈ। ਔਰ ਤੁਹਾਨੂੰ ਹੁਣ ਚੈਨਲ ਦਾ ਡੈਸ਼ਬੋਰਡ ਦਿਖਾ ਕੇ ਲੈ ਉਹਨਾਂ, ਉੱਥੇ ਮਤਲਬ ਵਾਰਨਿੰਗ ਪਲੱਸ ਕਾਪੀ ਰਾਈਟ ਸਟ੍ਰਾਈਕ ਵੀ ਪਈ ਹੋਈ ਆ, ਠੀਕ ਹੈ ਨਾ। ਇਹ ਵੀਡੀਓ ਹੁਣ ਕਮ ਅਜ਼ ਕਮ ਤਕਰੀਬਨ ਮੇਰੇ ਹਿਸਾਬ ਵਿੱਚ ਕੋਈ ਮਹੀਨਾ ਡੇਢ ਮਹੀਨਾ ਪੁਰਾਣੀ ਹੈ, ਜਿਹਦੇ ਉੱਤੇ ਉਹਨਾਂ ਨੇ ਵਾਰਨਿੰਗ ਦੇ ਛੱਡੀ ਔਰ ਵੀਡੀਓ ਵੀ ਰਿਮੂਵ ਕਰ ਦਿੱਤੀ ਗਈ ਆ। ਅਤੇ ਉਦੋਂ ਮਤਲਬ ਕੋਈ ਮਸਲਾ ਨਹੀਂ ਬਣਿਆ, ਅਤੇ ਹੁਣ ਆ ਕੇ ਮਸਲਾ ਇਹਦੇ ਉੱਤੇ ਬਣ ਗਿਆ। ਚੈੱਕ ਕਰੋ ਬਾਈ ਸਾਹਿਬ, ਐਕਟਿਵ ਕਾਪੀ ਰਾਈਟ ਸਟ੍ਰਾਈਕ, ਐਕਟਿਵ ਕਮਿਊਨਿਟੀ ਗਾਈਡਲਾਈਨ ਸਟ੍ਰਾਈਕ, ਯਾਨੀ ਕਿ ਕਾਪੀ ਰਾਈਟ ਸਟ੍ਰਾਈਕ ਵੀ ਆਈ ਪਈ, ਕਮਿਊਨਿਟੀ ਗਾਈਡਲਾਈਨ ਵੀ ਆਈ ਪਈ ਆ। ਅਤੇ ਬਾਕੀ ਅੱਲਾ ਖੈਰ ਕਰੇ, ਦੁਆ ਕਰੋ ਕਿ ਚੈਨਲ ਸਾਡਾ 90 ਦਿਨ ਦੇ ਅੰਦਰ ਅੰਦਰ ਕੋਈ ਮਜ਼ੀਦ ਇਹਦੇ ਉੱਤੇ ਨਾ ਕੋਈ ਮਸਲਾ ਬਣੇ, ਠੀਕ ਹੈ। ਇੱਕ ਮਸਲਾ ਤਾਂ ਬਣ ਸਕਦਾ ਹੈ, ਉਹ ਤਾਂ ਕਲੀਅਰਲੀ ਮੈਨੂੰ ਪਤਾ ਹੈ ਕਿ ਅਪਲੋਡਿੰਗ ਰੋਕ ਦਿੰਦੇ ਹੁੰਦੇ ਆ ਕਈ ਦਫ਼ਾ, ਬਾਅਦ ਦਫ਼ਾ ਹੁੰਦਾ ਐਸਾ, ਲੇਕਿਨ ਚਾਂਸ ਵੀ ਹੁੰਦੇ ਨੇ, ਹੋ ਸਕਦਾ ਮੇਰੀ ਇਹ ਵੀਡੀਓ ਅਪਲੋਡ ਹੋਵੇ ਨਾ ਹੋਵੇ, ਇਹ ਵੀ ਹੋ ਸਕਦਾ ਹੈ। ਕੋਈ ਪਿਛਲੇ ਦਿਨਾਂ 'ਚ ਵੀ ਤਕਰੀਬਨ ਮੇਰੇ ਇੱਕ ਦਫ਼ਾ ਨਹੀਂ, ਤਿੰਨ ਦਫ਼ਾ, ਚਾਰ ਦਫ਼ਾ ਮੈਂ ਇੱਕ ਵਾਰੀ ਵੀਡੀਓ ਅਪਲੋਡ ਕੀਤੀ ਜਿਹਦੇ ਵਿੱਚ ਮਤਲਬ ਬਾਰ ਬਾਰ ਉਹ ਅਪਲੋਡਿੰਗ ਰੋਕ ਦਿੰਦੇ ਆ, ਠੀਕ ਹੈ ਨਾ। ਅਤੇ ਉਦੋਂ ਫਿਰ ਮਤਲਬ ਅਪੀਲ ਕੀਤੀ, ਇਹ ਤਕਰੀਬਨ ਅੱਜ ਦੀ ਨਹੀਂ ਕੋਈ ਹਫ਼ਤਾ 10 ਦਿਨ ਪੁਰਾਣੀ ਵਾਰਨਿੰਗ ਪਈ ਹੋਈ ਹੈ, ਉਹਦਾ ਮਤਲਬ 2-3 ਦਿਹਾੜੇ ਮੈਨੂੰ ਇੰਨਾ ਖਪਾਇਆ ਹੈਗਾ। ਅਤੇ ਅੱਲਾ ਕੀਤਾ ਉਦੋਂ ਤਾਂ ਕੁਛ ਬਿਹਤਰ ਹੋ ਗਿਆ, ਲੇਕਿਨ ਹੁਣ ਥੋੜ੍ਹਾ ਜਿਹਾ ਫਿਰ ਮਸਲਾ ਆ ਰਿਹਾ। 90 ਦਿਨ ਦਾ ਟਾਈਮ ਹੈ, ਅਗਰ ਇਹਦੇ ਵਿੱਚ ਅੱਲਾ ਕਰੇ ਤਾਂ ਮਜ਼ੀਦ ਨਾ ਕੋਈ ਪੰਗਾ ਪੈ ਜਾਵੇ ਤਾਂ ਫਿਰ ਚੈਨਲ ਸਾਡਾ ਬਚ ਸਕਦਾ, ਅਗਰ ਮਜ਼ੀਦ ਕੋਈ ਪੰਗਾ ਪੈ ਗਿਆ ਤਾਂ ਫਿਰ ਬਾਈ ਕੋਈ ਚਾਂਸ ਨਹੀਂ ਹੈਗੇ। ਅਗਰ ਇਹ ਚੈਨਲ ਚਲਾ ਜਾਂਦਾ ਮੇਰੇ ਹੱਥੋਂ, ਫਿਰ ਕੀ ਆਪਸ਼ਨ ਹੈਗਾ, ਕਿਆ ਕੋਈ ਸਾਨੂੰ ਦੇ ਸਕਦਾ ਆਪਸ਼ਨ ਮਜ਼ੀਦ ਅਸੀਂ ਮਤਲਬ ਚੈਨਲ ਬਣਾਈਏ ਤਾਂ ਉਹਦੇ ਉੱਤੇ ਅਸੀਂ ਕੰਮ ਕਰੀਏ, ਤਾਂ ਫਿਰ ਵੀ ਤਕਰੀਬਨ ਟਾਈਮ ਤਾਂ ਲੱਗਣਾ, ਲੇਕਿਨ ਇਹ ਹੈ ਕਿ ਇਨਸ਼ਾਅੱਲਾ ਤਾਲਾ ਪਹਿਲੇ ਦੀ ਨਿਸਬਤ ਟਾਈਮ ਥੋੜ੍ਹਾ ਲੱਗੇਗਾ। ਬਾਕੀ ਅੱਲਾ ਕਰੇ ਇਹਨੂੰ ਕੋਈ ਮਸਲਾ ਨਾ ਬਣੇ, ਕੋਸ਼ਿਸ਼ ਮੇਰੀ ਇਹ ਹੀ ਹੈ। ਬਾਕੀ ਜੋ ਮੇਰੇ ਸੋਹਣੇ ਰੱਬ ਨੂੰ ਮਨਜ਼ੂਰ ਹੈ ਅਤੇ ਜਾਂ ਫਿਰ ਕੰਪਨੀ ਵਾਲੇ ਯੂਟਿਊਬ ਨੂੰ, ਸਾਡਾ ਤਾਂ ਇਹਦੇ ਵਿੱਚ ਜ਼ੋਰ ਕੋਈ ਨਹੀਂ ਹੈਗਾ, ਠੀਕ ਹੈ ਨਾ। ਅਤੇ ਉਸ ਵੀਡੀਓ ਦੇ ਅੰਦਰ ਕੋਈ ਐਸੀ ਵਾਇਲੇਸ਼ਨ ਹੋਈ ਹੈ ਜਿਹਦੀ ਵਜ੍ਹਾ ਤੋਂ ਉਹਨਾਂ ਨੇ ਵਾਰਨਿੰਗ ਦਿੱਤੀ ਹੈ, ਨਾਲ ਹੀ ਸਟ੍ਰਾਈਕ ਵੀ ਦੇ ਛੱਡੀ ਆ, ਠੀਕ ਹੈ ਨਾ। ਬਾਕੀ ਰਿਸਕ ਦੇ ਵਿੱਚ ਚੈਨਲ ਪਿਆ, ਦੁਆ ਕਰੋ ਅੱਲਾ ਕਰੇ ਬਚ ਜਾਵੇ, ਨਾ ਬਚਿਆ ਤਾਂ ਬਾਈ ਕੋਈ ਕਹਿ ਨਹੀਂ ਸਕਨੇ ਆ, ਠੀਕ ਹੈ ਨਾ। ਕੁਛ ਦਿਹਾੜਿਆਂ ਦਾ ਟਾਈਮ ਹੈ ਅਤੇ ਅੱਲਾ ਕਰੇ ਇਹਦੇ ਵਿੱਚ ਮਜ਼ੀਦ ਨਾ ਕੋਈ ਮਤਲਬ ਕਿ ਮਸਲਾ ਬਣ ਜਾਵੇ। ਅੱਜ ਮਿਲ ਹੀ ਗਈਆਂ ਇਤਨੀਆਂ, ਇਹ ਕੀ ਲੈ ਕੇ ਆਏ ਕਰ ਕਰਕੇ ਕੀ ਲੈ ਪਨੀਰੀਆਂ ਨੇ ਕੀ ਹੈ ਹਰ ਚੀਜ਼ ਦੀ ਆ। ਇਹ ਗੋਭੀ ਹੈ, ਇਹ ਫੁੱਲ ਗੋਭੀ ਆ। ਅੱਛਾ, ਇਹ ਬੰਦ ਗੋਭੀ, ਬੰਦ ਗੋਭੀ ਤੇ ਫੁੱਲ ਗੋਭੀ, ਹਾਂ ਸਹੀ ਹੈ।
ਟਮਾਟਰ ਹੋ ਗਏ ਐ ਵੀ ਤਾਂ ਗੋਭੀ ਐ ਕਿਹੜੀ ਗੋਭੀ ਕੋਲ ਗੋਭੀ ਦੋ ਬੁੱਟੇ ਲਿਆ ਸਹੀ ਤੇ ਲਾਉਂ ਕਿੱਥੇ ਐ ਇੱਥੇ ਲਾਵਾਂ ਕਾਣ ਵਾਵਾ ਲੈ ਕੇ ਆਂਦਾ ਗਏ ਕਿਤੇ ਲਾਣਾ ਇਹ ਉੱਥੇ ਥੱਲੇ ਕਿਤੇ ਲਾ ਲਾਂਗੇ ਇਹਦੀ ਕੋ ਖੁੱਲੀ ਜਗ੍ਹਾ ਬਣਾ ਤਾਂ ਹੀ ਹੋਣਾ ਪੂਰੀ ਕਨਾਲ ਡੇਢ ਦਾ ਕਾਣ ਹੈਗਾ ਸਸਤਾ ਐ ਸੀ ਮੈਂ ਲੈ ਲਿਆ ਹਾਂ ਆ ਦੇਖੋ ਚਲੋ ਕਰ ਤਰੱਕੀ ਅੱਲਾ ਤਾਲਾ ਤੈਨੂੰ ਕਾਮਯਾਬੀ ਦੇਵੇ ਦੁਆ ਕਰ ਚੈਨਲ ਰਿਸਕ ਚ ਪਿਆ ਹੋਇਆ ਅਪਲੋਡਿੰਗ ਨਾ ਰੁਕੀ 90 ਦਿਨ ਦੇ ਅੰਦਰ ਟਾਈਮ ਹੈਗਾ ਜੇ ਬਿਹਤਰ ਹੋ ਗਿਆ ਤਾਂ ਠੀਕ ਹੈ ਨਾ ਹੋਇਆ ਤਾਂ ਫਿਰ ਚਾਰਾ ਕੋਈ ਨੀ ਚਲੋ ਨਵਾਂ ਬਣਾਵਾਂਗੇ ਫਿਰ ਉਹਦੇ ਤੇ ਮਿਹਨਤ ਕਰਾਂਗੇ ਮਿਹਨਤ ਨਾਲ ਜਾਏ ਫਲ ਲੱਭਦਾ ਹੁਣ ਤੂੰ ਵੀ ਤਾਂ ਟਰਾਈ ਕਰ ਰਿਹਾ ਬਾਰ ਬਾਰ ਕੋਈ ਨਾ ਕੋਈ ਚੀਜ਼ ਹੋ ਜਾਵੇ ਹੈਂ ਆਹੋ ਤੇ ਟਰਾਈ ਕਰਨ ਨਾਲ ਹੀ ਹੁੰਦਾ ਲਓ ਜੀ ਜਿਸ ਤਰ੍ਹਾਂ ਫੁੱਲ ਬੂਟੇ ਲਾਏ ਜਾਂਦੇ ਆ ਉਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਬਾਲਟੀਆਂ ਦੇ ਵਿੱਚ ਮਿਰਚਾਂ ਵੀ ਲਾਈਆਂ ਜਾ ਰਹੀਆਂ ਨੇ ਮਿਰਚਾਂ ਨੇ ਕਿ ਟਮਾਟਰ ਮਿਰਚਾਂ ਚਾਰ ਬੂਟੇ ਫਿਰ ਅੱਗੇ ਟਮਾਟਰ ਫਿਰ ਇੰਜੇ ਕਰਕੇ ਇਹਨਾਂ ਨੂੰ ਬਚਾਉਣਾ ਵੀ ਹੈ ਆਪਣੇ ਤੋਂ ਪਲੇਟਾਂ ਪੱਕੇ ਸਲੇ ਰੱਖੀਆਂ ਆ ਹੁੰਦੇ ਤੂੰ ਕੱਕਰ ਤੂੰ ਬਚਾਵੇਂਗਾ ਨਾ ਤੇ ਇਹ ਬੜੀਆਂ ਹੋਣਗੀਆਂ ਇਨਸ਼ਾਅੱਲਾ ਤਾਲਾ ਔਰ ਇੱਕ ਇਕੱਲਾ ਇਕੱਲਾ ਬੂਟਾ ਹੈਗਾ ਬੜਾ ਗਰੋ ਕਰੇਗਾ ਤਰੇਲ ਦੇ ਬਚਦਿਆਂ ਹੋਇਆ ਨਾ ਲੋਕ ਹੁਣ ਪਿਛਲੇ ਟਾਈਮ ਪੱਠੇ ਬਣਾ ਲੈਂਦੇ ਨੇ ਦੇਖੋ ਦੋ ਬਾਈ ਲੱਗੇ ਨੇ ਪੱਠੇ ਵੱਢਣ ਲਈ ਰੇਹੜੀ ਵੀ ਉਹਨਾਂ ਨੇ ਉਹ ਬਾਹਰ ਖਲਵਾਈ ਹੈ ਮੇਰਾ ਖਿਆਲ ਪਾਣੀ ਲੱਗਿਆ ਤਾਂ ਕਰਕੇ ਇਹੀ ਕੋਈ ਹੋਣਾ ਮਸਲਾ ਵੀਵਰ ਗੁੜ ਲੈ ਬੜਾ ਹੀ ਜ਼ਬਰਦਸਤ ਔਰ ਰੰਗ ਵੀ ਐਡਾ ਸੋਹਣਾ ਹੈ ਨਾ ਕਲਰ ਚੈੱਕ ਕਰੋ ਤੁਸੀਂ ਸਫੈਦ ਚਿੱਟਾ ਔਰ ਇੰਨਾ ਕੁ ਮੈਂ ਖਾ ਵੀ ਰਿਹਾ ਇੰਜ ਹੈ ਜਿਵੇਂ ਬਿਲਕੁਲ ਬਰਫੀ ਹੈ ਮਤਲਬ ਜ਼ਿਆਦਾ ਤੇਜ਼ ਜਿਹਦੇ ਰੰਗ ਘਾਟ ਹੁੰਦਾ ਨਾ ਜਾਂ ਜ਼ਿਆਦਾ ਮਿੱਠਾ ਹੁੰਦਾ ਉਹ ਨਹੀਂ ਸਹੀ ਹੁੰਦਾ ਅਤੇ ਅੱਧਾ ਕਿਲੋ ਲਿਆ ਮੈਂ ਕਿ ਚਲੋ ਚਾਹ ਵਗੈਰਾ ਬਣਾ ਕੇ ਪੀਵਾਂਗੇ ਕਿਸੇ ਟਾਈਮ ਰੋਟੀ ਵੀ ਬੰਦਾ ਖਾ ਸਕਦਾ ਹੈਗਾ ਕੌਣ ਕੌਣ ਗੁੜ ਲਵਰ ਹੈਗਾ ਜ਼ਰੂਰ ਕਮੈਂਟ ਕਰਕੇ ਦੱਸਿਆ ਅੱਜ ਦੋ ਦਿਨ ਹੋ ਗਏ ਨੇ ਇੱਕੋ ਜਿਹੀ ਸਬਜ਼ੀ ਪੱਕਦਿਆਂ ਕੱਲ ਆਲੂ ਗਾਜਰਾਂ ਤੇ ਮਟਰ ਸੀ ਅੱਜ ਆਲੂ ਤੇ ਗਾਜਰਾਂ ਨੇ ਉਹ ਆਂਦਾ ਵਿੱਚ ਮਟਰ ਨਾ ਪਾਏ ਕਰੋ ਕੌਣ ਆਇਆ ਇਹ ਮੰਮਾ ਦਾ ਹੀ ਪਕਵਾਇਆ ਹਾਂਜੀ ਅੱਛਾ ਅਲੀ ਤੂੰ ਪਕਵਾਇਆ ਹਾਂਜੀ ਆਲੂ ਗਾਜਰਾਂ ਹੈ ਇਹ ਸ਼ਾਮ ਟਾਈਮ ਨਾਲ ਆਈ ਗਿਆ ਉੱਤੋਂ ਵੇਖ ਖਬਲਾ ਚੱਲ ਕੇ ਕੰਗੀ ਫੇਰ ਇੱਕ ਵਾਰ ਕੰਗੀ ਫੇਰ ਤੇ ਲਾ ਕੇ ਐਵੇਂ ਖਾ ਖਾ ਆ ਵੇਖ ਕਲਰ ਚੜਿਆ ਪੇ ਸਾਰਾ ਇਹ ਕੱਢੀ ਨਹੀਂ ਚਾਜ ਨਾਲ ਮਹਿੰਦੀ ਤਾਂ ਕੱਢੀ ਕੋਈ ਚਾਜ ਆਵੇ ਇਹ ਆਵੇ ਆਵੇ ਚੱਲ ਹੁਣ ਫੇਰ ਇੱਕ ਵਾਰ ਦੋ ਥੱਲੇ ਸੇਰ ਕਰਕੇ ਨਾ ਦੋ ਲੈ ਤੂੰ ਫਿਰ ਤੂੰ ਸਾਫ਼ ਕਰ ਆਸੀਆ ਉਹ ਤਾਂ ਉੱਠ ਇਹਨੂੰ ਦੋ ਕੇ ਲਿਆ ਸੇਰ ਇੱਦਾਂ ਆਹ ਉੱਤੇ ਦਵਾ ਲਿਆ ਸੋ ਕਿਆ ਪਤਾ ਨਹੀਂ ਕੱਢਦੀ ਉਹ ਇੱਕ ਸਾਡਾ ਤੋਤਾ ਅੱਗੇ ਉੱਡ ਗਿਆ ਹੋਣਾ ਇਹਨਾਂ ਦਾ ਵੀ ਇਰਾਦਾ ਹੈ ਵੀ ਅਸੀਂ ਵੀ ਨਿਕਲ ਜਾਈਏ ਕਿਸੇ ਤਰ੍ਹਾਂ ਕੱਲ ਮੇਰਾ ਦਿਲ ਇਹਨਾਂ ਨੂੰ ਆਜ਼ਾਦ ਕਰ ਦੇ ਨਹੀਂ ਹੁਣ ਨਹੀਂ ਹੁਣ ਰਾਤ ਹੈ ਨਾ ਇਕੱਠੇ ਛੱਡਾਂਗੇ ਜਾਂ ਇੱਕ ਹੋਰ ਕਰਨੇ ਆ ਆਪਾਂ ਇਹਨਾਂ ਦੇ ਥੋੜੇ ਥੋੜੇ ਪਾਰ ਕਤਰ ਕੇ ਮਤਲਬ ਇੱਥੇ ਹੀ ਛੱਡਣੇ ਆ ਟੁਰਦੇ ਫਿਰਦੇ ਰਵਣਗੇ ਘਰ ਦੇ ਵਿੱਚ ਹੈ ਹਾਂ ਫਿਰ ਆਦੀ ਹੋ ਗਏ ਨਾ ਜੇ ਆਦੀ ਹੋ ਗਏ ਨਾ ਅੱਬੂ ਤੇ ਫਿਰ ਨਹੀਂ ਇਹ ਉੱਡਦੇ ਹਾਂ ਕਿਉਂਕਿ ਇਸ ਤਰ੍ਹਾਂ ਤੇ ਇਹਨਾਂ ਨੂੰ ਪਤਾ ਹੈ ਯਾ ਆਜ਼ਾਦ ਹੋਣਾ ਇਹਨਾਂ ਫੁਰ ਹੋ ਜਾਣਾ ਵੀਰ ਤੁਸੀਂ ਨੋਟ ਕੀਤਾ ਹੋਣਾ ਹੈ ਸਾਡੇ ਪਿਛਲੇ ਵਲੌਗ ਵਿੱਚ ਵੀ ਔਰ ਇਸ ਵਲੌਗ ਵਿੱਚ ਕਿ ਇੱਕ ਬੰਦਾ ਸਾਡੇ ਘਰ 'ਚ ਮਿਸ ਹੈ ਪਿਆ ਉਹ ਕਿਹੜਾ ਬੰਦਾ ਹੈਗਾ ਸੁਮੈਰਾ
ਠੀਕ ਹੈ। ਕੱਲ੍ਹ ਦੀ ਤਕਰੀਬਨ ਕੱਲ੍ਹ ਸ਼ਾਮ ਦੀ ਉਹ ਆਪਣੇ ਮਹਿਕੇ ਗਈ ਹੋਈ ਆ, ਅਤੇ ਉਹਦੀ ਯਾਨੀ ਕਿ ਸਿਸਟਰ ਜਿਹੜੀ ਹੈ ਨਾ ਉਹ ਕਿਸੇ ਕੰਮ ਵਾਸਤੇ ਸਾਹੀਵਾਲ ਗਈ ਆ, ਅਤੇ ਫਿਰ ਘਰ ਵਾਲਾ ਨਿਜ਼ਾਮ ਚਲਾਉਣ ਵਾਸਤੇ ਹੋਰ ਹੈ ਕੋਈ ਨਹੀਂ, ਘਰ ਸਿਆਣਾ ਬੰਦਾ ਉਹਦੀ ਵਾਲਦਾ ਸਾਹਿਬਾ ਦਾ ਤੁਹਾਨੂੰ ਪਤਾ ਹੈ ਉਹ ਮਜ਼ਦੂਰ ਹੈਗੀ, ਅਤੇ ਫਿਰ ਬੱਚਿਆਂ ਨੂੰ ਹੀ ਰੋਟੀ ਛੋਟੀ ਪਕਾ ਕੇ ਦੇਣ ਵਾਲਾ ਜਾਂ ਫਿਰ ਬਾਕੀ ਜਿਤਨੇ ਉਹਨਾਂ ਦੇ ਫਲ ਦੇਣ ਵਾਲਾ ਕੋਈ ਵੀ ਉਹਨਾਂ ਨੂੰ ਰੋਟੀ ਪਕਾ ਕੇ ਦੇਣ ਵਾਲਾ ਨਹੀਂ ਹੈਗਾ। ਇਸ ਕਰਕੇ ਉਹਨਾਂ ਆਖਿਆ ਵੀ ਇੱਕ ਦਿਨ ਰਹੇ, ਦੋ ਦਿਨ ਰਹੇ, ਚਾਰ ਦਿਨ, ਜਿਹੜੇ ਦਿਨ ਵੀ ਉਹ ਉੱਧਰ ਰਹੇਗੀ ਜਿਹੜੀ ਉਹਦੀ ਸਿਸਟਰ ਕਿਸੇ ਕੰਮ ਵਾਸਤੇ ਗਈ ਹੈ ਸਾਹੀਵਾਲ, ਅਤੇ ਇਹ ਫਿਰ ਘਰ ਦਾ ਨਿਜ਼ਾਮ ਚਲਾਉਣ ਵਾਸਤੇ ਸਾਡੇ ਕੋਲ ਰਹੇਗੀ ਦੋ ਚਾਰ ਦਿਨ, ਠੀਕ ਹੈ। ਹੁਣ ਵੀ ਤਕਰੀਬਨ ਬਾਈ ਸਾਹਿਬ ਜਿਹੜਾ ਨਾ ਉਹਨੂੰ ਦੇਣ ਗਿਆ ਮੇਰੇ ਖਿਆਲ ਹੈ ਕੋਈ ਜੈਕਟ ਵਗੈਰਾ, ਕਿਉਂਕਿ ਸਰਦੀ ਹੈ ਅਤੇ ਸਰਦੀ ਦੇ ਵਿੱਚ ਤੁਹਾਨੂੰ ਪਤਾ ਹੈਗਾ ਠੰਡ ਤਾਂ ਲੱਗਦੀ ਹੈਗੀ ਨਾ, ਅਤੇ ਉਹਦੇ ਕੋਲ ਕੋਈ ਜੈਕਟ ਕੋਈ ਚਾਦਰ ਵਗੈਰਾ ਬਿਲਕੁਲ ਕੋਈ ਨਹੀਂ ਹੈਗੀ ਸੀ। ਅੰਮੀ ਅਤੇ ਉਹ ਹੁਣ ਗਏ ਨੇ, ਅੰਮੀ ਥੋੜ੍ਹੀ ਜਿਹੀ ਗੁੱਸੇ ਆਉਂਦੀ ਵੀ ਹੈ ਵੀ ਕਿਉਂ ਚਲੀ ਗਈ ਹੈ, ਮਤਲਬ ਇੱਕ ਸੁਮੈਰਾ, ਲੇਕਿਨ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਤਾਂ ਜਾਂਦੀਆਂ ਰਹਿੰਦੀਆਂ ਨੇ ਤੀਆਂ, ਕੋਈ ਐਸੀ ਗੱਲ ਨਹੀਂ ਹੈਗੀ, ਅਤੇ ਨਹੀਂ ਇੱਥੇ ਅਗਰ ਤੁਸੀਂ ਕਿਸੇ ਪਾਸੇ ਜਾਂਦੇ ਹੋ ਨਾ ਤਾਂ ਫਿਰ ਮਤਲਬ ਕਿ ਨਾ ਸਾਡਾ ਕੋਈ ਨਹੀਂ ਕਰਨ ਵਾਲਾ ਹੁੰਦਾ, ਲੇਕਿਨ ਜਿੰਨੇ ਦਿਨ ਉੱਧਰ ਰਹੇਗੀ ਅਸੀਂ ਕਿਸੇ ਪਾਸੇ ਜਾਣ ਵਾਲੇ ਭਾਈ ਜੀ ਨਹੀਂ ਆਵਾਂਗੇ, ਠੀਕ ਹੈ ਨਾ। ਉਨਾ ਚਿਰ ਅਸੀਂ ਆਪ ਹੀ ਘਰ ਰਵਾਂਗੇ, ਆਪਣੇ ਵਾਲਦਿਆਂ ਦਾ ਖਿਆਲ ਕਰਾਂਗੇ, ਅਤੇ ਨਾ ਹੀ ਕੋਈ ਸਾਨੂੰ ਫਿਲਹਾਲ ਕੋਈ ਕੰਮ ਹੈ ਕਿਸੇ ਪਾਸੇ ਜਾਣ ਦਾ, ਨਾ ਕੋਈ ਕਿਸੇ ਪਾਸੇ ਜਾਣ ਦਾ ਕੋਈ ਇਰਾਦਾ ਨਹੀਂ ਹੈਗਾ, ਠੀਕ ਹੈ ਨਾ। ਤਕਰੀਬਨ ਹਜੇ ਤੱਕ ਹਫ਼ਤਾ 10 ਦਿਨ 20 ਦਿਨ ਮਹੀਨਾ ਹੋ ਸਕਦਾ, ਕਿਸੇ ਕੋਈ ਜ਼ਰੂਰੀ ਕਦੀ ਕੋਈ ਕੰਮ ਨਿਕਲ ਆਵੇ ਤਾਂ ਨਿਕਲ ਆਵੇ ਅਸੀਂ ਜਾਈਏ, ਵਰਨਾ ਅਸੀਂ ਸ਼ੌਕ ਨਾਲ ਬਿਲਕੁਲ ਸਾਡਾ ਜਾਣ ਦਾ ਕਿਸੇ ਪਾਸੇ ਇਰਾਦਾ ਕੋਈ ਨਹੀਂ ਹੈਗਾ। ਅਤੇ ਅੰਮੀ ਵੈਸੇ ਗਈ ਹੈ ਹੁਣ, ਮੈਂ ਕਿਹਾ ਵੀ ਚਲੋ ਕਾਫ਼ੀ ਦਿਨ ਹੋ ਗਏ ਨੇ, ਤੂੰ ਵੀ ਹੋ ਆ ਅਤੇ ਆਉਣਾ ਜਾਣਾ ਚਾਹੀਦਾ, ਠੀਕ ਹੈ ਨਾ। ਸੁਮੈਰਾ ਜ਼ਿਕਰ ਮੈਂ ਇਸ ਕਰਕੇ ਕੀਤਾ ਕਿਉਂਕਿ ਕਾਫ਼ੀ ਸਾਰੇ ਮੇਰੇ ਭੈਣ ਭਾਈ ਕੱਲ੍ਹ ਵੀ ਕਮੈਂਟ ਕਰਕੇ ਅਤੇ ਸਲਾਮ ਦੁਆ ਕਰ ਰਹੇ ਹਨ, ਔਰ ਅਗਰ ਕੱਲ੍ਹ ਵੀ ਸਾਡੇ ਵਲੌਗ ਸੁਮੈਰਾ ਨਹੀਂ ਆਉਂਦੀ ਜਾਂ ਪਰਸੋਂ ਵੀ ਨਹੀਂ ਆਉਂਦੀ ਤਾਂ ਫਿਰ ਉਹਨਾਂ ਹੀ ਨੇ ਮੁੜ ਮਜ਼ੀਦ ਕਮੈਂਟਸ ਕਰਕੇ ਪੁੱਛਣਾ ਹੈ ਕਿ ਸੁਮੈਰਾ ਨਹੀਂ ਤੁਹਾਡੇ ਵਲੌਗ 'ਚ ਆ ਰਹੀ, ਅਤੇ ਮੈਂ ਆਖਿਆ ਚਲੋ ਅਸੀਂ ਆਪ ਹੀ ਦੱਸ ਦੇਈਏ ਕਿ ਇਸ ਕੰਮ ਵਾਸਤੇ ਮਤਲਬ ਕਿ ਨਾ ਆਪਣੇ ਮਹਿਕੇ ਚਲੀ ਗਈ ਹੈ, ਠੀਕ ਹੈ ਨਾ। ਅਤੇ ਬਾਕੀ ਮਜ਼ੀਦ ਵਲੌਗ ਵਗੈਰਾ ਹੁਣ ਟਾਈਮ ਕਾਫ਼ੀ ਓਵਰ ਹੋ ਗਿਆ, ਨਹੀਂ ਬਣਾ ਪਾਉਂਦੇ, ਜਿਹੜਾ 10-12-14 ਮਿੰਟ ਦਾ ਹੈ, ਅਤੇ ਫਿਰ ਇਨਸ਼ਾ ਅੱਲਾਹ ਤਾਲਾ ਕੱਲ੍ਹ ਮਿਲਾਂਗੇ। ਇਜਾਜ਼ਤ ਚਾਹੁੰਦੇ ਹਾਂ, ਖੁਦਾ ਹਾਫਿਜ਼, ਅੱਲਾਹ ਨਿਜ਼ਾਮ।